اعوذ باللہ من الشیطان الرجیم بسم اللہ الرحمن الرحیم اے بو کل مارنے والیا اٹھ کھلو پھر ڈرا اپنے رب دی وڈیائی کر تے کپڑے اپنے پاک رکھ تے گندگی تو دور رہو تے نہ احسان کر بدھیرا لین دی نیت کر کے تے اپنے رب دی خاطر صبر کر پھر جد پھوک بجے گی کرنہا وچ ਫੇਰ ਉਹ ਵੇਲਾ ਉਸ ਦਿਨ ਔਖਾ ਦੇਨੇ ਬਈ ਮਾਨਾ ਉੱਤੇ ਨਹੀਂ ਸੌਖਾ ਛੱਡ ਦੇ ਮੈਨੂੰ ਤੇ ਜਿਸ ਨੂੰ ਮੈਂ ਪੈਦਾ ਕੀਤਾ ਇਕੱਲਾ ਯਾਨੀ ਬਗੈਰ ਮਾਲ ਤੇ ਔਲਾਦ ਦੇ ਤੇ ਫੇਰ ਦਿੱਤਾ ਮੈਂ ਉਹਨੂੰ ਮਾਲ ਲਮਾ ਤੇ ਪੁੱਤਰ ਸਾਹਮਣੇ ਰਹਿਣ ਵਾਲੇ ਤੇ ਖੁੱਲਾ ਦਿੱਤਾ ਮੈਂ ਉਹਨੂੰ ਸਭ ਕੁਝ ਤਿਆਰ ਕਰਕੇ ਫੇਰ ਲੋਭ ਕਰਦਾ ਜੋ ਮੈਂ ਹੋਰ ਬਦੇਰਾ ਵੀ ਦੇਆ ਇੰਜ ਨਹੀਂ जरूर वह है साड़ियां आयता आयत जिद करता हूं मैं चढ़ावगा ओनू सऊद पहाड़ उ जरूर ओन ते मिथ्या है सो मारिया जाए क्या मिथे हो तू हां फिर मारिया जाए क्या मिथे हो तू लोग वाल फिर वेख्य फिर त्योरी चाड़े सू ते मूह बुरा बना लो सू फिर मगर फेरियो सू तो गुरूर कीतो सू फिर आख्यो सू ਔਰ ਕੁਝ ਨਹੀਂ ਹੈ ਕੁਰਾਨ ਪਰ ਜਾਦੂ ਹੈ ਪੈਰੇ ਦਾ ਟੁਰੀ ਆਉਂਦਾ ਇਹ ਹੋਰ ਕੁਝ ਨਹੀਂ ਪਰ ਗਾਲੇ ਆਖੀ ਹੋਈ ਬੰਦੇ ਦੀ ਹੁਣ ਮੈਂ ਪਾਵਾਂਗਾ ਉਹਨੂੰ ਅੱਗ ਵਿੱਚ ਕਿੰਨ ਦੱਸਿਆ ਤੈਨੂੰ ਕੀ ਹੈ ਅੱਗ ਨਾ ਕੁਝ ਬਾਕੀ ਰਖੇ ਤੇ ਨਾ ਮੋਇਆਂ ਛੱਡੇ ਖਲ ਚੁਲਸਾ ਦੇਣ ਵਾਲੀ ਛੱਡੇ ਹੋਏ ਨੇ ਉਸ ਉੱਤੇ 19 ਕਾਰਕੁਨ ਤੇ ਨਹੀਂ ਬਣਾਏ ਅਸਾਂ ਦੋਜ਼ਖ ਵਾਲੇ ਕਾਰਕੁਨ ਪਰ ਫਰਿਸ਼ਤੇ ਕਿ ਨਹੀਂ ਠਰਾਈ ਅਸਾਂ ਗੰਦਰੀ ਉਹਨਾਂ ਦੀ ਪਰਵਾਸਤੇ ਅਜ਼ਮਾਣੇ ਬੇਈਮਾਨਾਂ ਦੇ ਤਾਂ ਯਕੀਨ ਕਰ ਲੈਣ ਜਿਨ੍ਹਾਂ ਨੂੰ ਮਿਲੀ ਹੈ ਕਿਤਾਬ ਤੇ ਇਮਾਨ ਵਧੇਰਾ ਹੋ ਜਾਏ ਇਮਾਨ ਵਾਲਿਆਂ ਦਾ ਤੇ ਨਾ ਸ਼ੱਕ ਕਰਨ ਜਿਨ੍ਹਾਂ ਨੂੰ ਮਿਲੀ ਹੈ ਕਿਤਾਬ ਤੇ ਇਮਾਨ ਵਾਲੇ ਵੀ ਨਾਲੇ ਤਾਂ ਆਖਣ ਉਹ ਜਿਨ੍ਹਾਂ ਦੇ ਦਿਲਾਂ ਵਿੱਚ ਰੋਗ ਹੈ ਤੇ ਬੇਈਮਾਨ ਕੀ ਕੁਛ ਆਇਆ ਸੀ ਅੱਲਾਹ ਨੇ ਇਸ ਖਾਨ ਤੋਂ ਐਸੀ ਤਰ੍ਹਾਂ ਰਹਾਉ ਭੁਲਾਉਂਦਾ ਹੈ ਅੱਲਾਹ ਜਿਸ ਨੂੰ ਚਾਏ ਤੇ ਰਾਹ ਪਾਉਂਦਾ ਜਿਸ ਨੂੰ ਚਾਏ ਤੇ ਨਹੀਂ ਜਾਣਦਾ ਤੇਰੇ ਰੱਬ ਦੀਆਂ ਫੌਜਾਂ ਨੂੰ ਕੋਈ ਪਰ ਉਹ ਖੁਦ ਹੀ ਤੇ ਨਹੀਂ ਜ਼ਿਕਰ ਕੀਤਾ ਉਸ ਅੱਗ ਦਾ ਪਰ ਇੱਕ ਨਸੀਹਤ ਆਦਮੀਆਂ ਲਈ ਇੰਜ ਨਹੀਂ ਸਾਂਹੇ ਚੰਦੀ ਤੇ ਰਾਤ ਦੀ ਜਦ ਪਿੱਛਾ ਫੇਰੇ ਤੇ ਫਜਰ ਦੀ ਜਦ ਰੋਸ਼ਨ ਹੋਵੇ ਉਹ ਅੱਗ ਜ਼ਰੂਰ ਇੱਕ ਚੀਜ਼ ਹੈ ਵੱਡੀਆਂ ਆਫਤਾਂ ਵਿੱਚੋਂ ਡਰਾਵਾ ਹੈ ਆਦਮੀਆਂ ਨੂੰ ਡਰਾਵਾ ਉਸ ਨੂੰ ਜਿਹੜਾ ਚਾਹੇ ਤੁਸੀਂ ਵਿੱਚੋਂ ਜੋ ਅੱਗੇ ਵਧੇ ਜਾਂ ਪਿੱਛੇ ਰਹੇ ਹਰ ਜੀ ਆਪਣੇ ਕੀਤੇ ਦੇ ਬਦਲੇ ਸਹਿਣ ਪਿਆ ਹੋਇਆ ਹੈ ਪਰ ਸੱਜੇ ਪਾਸੇ ਵਾਲੇ ਬੈਸ਼ਤਾ ਵਿੱਚ ਪੁੱਛਦੇ ਨੇ ਪਾਪੀਆਂ ਦਾ ਹਾਲ ਕਿਨ ਪਾਇਆ ਤੁਹਾਨੂੰ ਅੱਗ ਵਿੱਚ ਆਖਿਓ ਨੇ ਨਹੀਂ ਸਾ ਅਸੀਂ ਨਮਾਜ਼ ਪੜਨ ਵਾਲਿਆਂ ਵਿੱਚੋਂ ਤੇ ਨਹੀਂ ਸਾ ਅਸੀਂ ਖਵਾਲਦੇ ਭੁੱਖੇ ਨੂੰ ਤੇ ਬਕਵਾਸ ਕਰਦੇ ਹੁੰਦੇ ਸਾਂ ਨਾਲ ਬਕਵਾਸੀਆਂ ਦੇ ਤੇ ਝੁੱਟਲਾਂਦੇ ਹੁੰਦੇ ਸਾਂ ਕੀਤਾ ਪਾਣੇ ਤੇ ਦਿਨ ਨੂੰ ਇੱਥੋਂ ਤੱਕ ਜੋ ਆਈ ਸਾਨੂੰ ਮੌਤ ਜਿਹੜੀ ਯਕੀਨੀ ਆਉਣੀ ਸੀ फेर ਨਾ ਨਫਾ ਦੇਗੀ ਉਹਨਾਂ ਨੂੰ ਸ਼ਫਾਤ ਸ਼ਫਾਤ ਕਰਵਾ ਦੇਣ ਦੀ ਫਿਰ ਕੀ ਹੋ ਗਿਆ ਉਹਨਾਂ ਨੂੰ ਨਸੀਹਤ ਤੋਂ ਮੂੰਹ ਮੋੜ ਦੇਣ ਜੋ ਜੰਗਲੀ ਖੋਤੇ ਨੇ ਤਰੇਣ ਵਾਲੇ ਨਸਦੇ ਨੇ ਸ਼ੇਰ ਤੋਂ ਸਗੋ ਚੰਦਾ ਯਾਰ ਕੋਈ ਉਹਨਾਂ ਵਿੱਚੋਂ ਜੋ ਭੇਜੇ ਜਾਣ ਸੂ ਅੱਲਾਹ ਵੱਲੋਂ ਖਤ ਖੁੱਲੇ ਹਰ ਗਿਜ਼ ਇੰਜ ਨਹੀਂ ਸਗੋ ਨਹੀਂ ਡਰਦੇ ਇਹ ਲੋਕੀ ਆਖਰਤ ਤੋਂ ਹਰ ਗਿਜ਼ ਇੰਜ ਨਹੀਂ ਇਹ ਕੁਰਾਨ ਜ਼ਰੂਰ ਇੱਕ ਨਸੀਹਤ ਹੈ ਫੇਰ ਇਹ ਜਿਹੜਾ ਚਾਹੇ ਇਸ ਨੂੰ ਯਾਦ ਰੱਖੇ ਤੇ ਨਾ ਯਾਦ ਕਰਨਗੇ ਪਰ ਜੋ ਚਾਏ ਅੱਲਾ ਉਹ ਲਾਇਕ ਹੀ ਜੋ ਉਸ ਤੋਂ ਡਰਿਆ ਜਾਏ ਤੇ ਉਹ ਲਾਇਕ ਹੀ ਬਖਸ਼ਣ ਦੇ